ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਡੇ ਸਾਰਿਆਂ ਨੂੰ ਮੈਂ ਇੱਕ ਬੜੀ ਜ਼ਿਆਦਾ ਜ਼ਰੂਰੀ ਜੋ ਗੱਲ ਦੱਸਣ ਲੱਗਿਆ ਹਾਂ ਇੱਕ ਜੋ ਮੇਰੇ ਅਗੇਂਸਟ ਜੋ ਵਿਕਾਊ ਮੀਡੀਆ ਜੋ ਐਂਟੀ ਸਿੱਖ ਮੀਡੀਆ ਜੋ ਗੋਦੀ ਮੀਡੀਆ ਉਹਨਾਂ ਨੇ ਜੋ ਮੇਰੇ ਅਗੇਂਸਟ ਇੱਕ ਵਰਤਾਂਤ ਰਚਿਆ ਸੀ ਇੱਕ ਨੈਰੇਟਿਵ ਰਚਿਆ ਸੀ 5 ਅਪ੍ਰੈਲ ਨੂੰ ਜੋ ਮੈਂ ਰੈਟ ਪਟੀਸ਼ਨ ਅਦਾਇਰ ਕੀਤੀ ਆ ਸੀ ਮਾਨਯੋਗ ਹਾਈ ਕੋਰਟ ਦੇ ਵਿੱਚ ਜਿੱਥੇ ਨੈਸ਼ਨਲ মিডিਆ ਨੇ ਜਿੰਨੇ ਵੀ ਸਿੰਘ ਦਿਬੜੂਗੜ ਅਸਾਮ ਵਿੱਚ ਐਨਐਸਏ ਅਧੀਨ ਇਲੀਗਲ ਤੇ ਅਨਲੋਫਲ ਡਿਟੈਂਸ਼ਨ ਵਿੱਚ ਨੇ ਉਹਨਾਂ ਦੀਆਂ ਜੋ ਮੈਂ ਰਿਟ ਪਟੀਸ਼ਨਾਂ ਦਾਇਰ ਕੀਤੀਆਂ ਸੀ ਹੈਬੀਅਸ ਕੋਰਪਸ ਦੇ ਅਧੀਨ ਉਸ ਦੇ ਵਿੱਚ ਜੋ ਅੱਜ ਕਾਰਵਾਈ ਹੋਈ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਉਸ ਦਾ ਜੋ ਜਵਾਬ ਸਾਰਾ ਆ ਚੁੱਕਿਆ ਆ ਜੋ ਤੁਸੀਂ ਦੇਖ ਸਕਦੇ ਹੋਗੇ ਵੀ ਪੰਜਾਬ ਸਰਕਾਰ ਨੇ ਆਪਦੇ ਰਿਪਲਾਈ ਦਾਇਰ ਕਰ ਦਿੱਤੇ ਨੇ ਜਿਹੜੀਆਂ ਮੈਂ 6 ਰਿਟ ਪਟੀਸ਼ਨਾਂ ਦਾਇਰ ਕੀਤੀਆਂ ਸੀ ਉਹਨਾਂ ਵਿੱਚ ਪੰਜਾਬ ਸਰਕਾਰ ਦੇ ਜਵਾਬ ਆ ਚੁੱਕੇ ਤੇ ਜੋ ਅਗਲੀ ਤਰੀਕ ਰੱਖੀ ਗਈ ਹੈ ਉਹ 24 April ਰੱਖੀ ਗਈ ਹੈ ਜਦੋਂ ਸੈਂਟਰ ਸਰਕਾਰ ਨੇ ਸੈਂਟਰ ਗਵਰਨਮੈਂਟ ਨੇ ਯੂਨੀਅਨ ਆਫ ਇੰਡੀਆ ਨੇ ਜੋ ਆਪਦੀ ਜਵਾਬ ਦੇਣਾ ਹੈ ਜਵਾਬ ਤਲਬੀ ਤੇ ਰੱਖਿਆ ਗਿਆ 24 ਤਰੀਕ ਤੇ ਤੇ ਅੱਜ 11 April ਨੂੰ ਮਾਨਯੋਗ ਹਾਈ ਕੋਰਟ ਦੇ ਵਿੱਚ ਕੋਈ ਵੀ ਮੈਂਟੇਨੇਬਿਲਟੀ ਦਾ ਅਜੇ ਹੀ ਗੱਲ ਹੀ ਕੋਈ ਨਹੀਂ ਹੋਈ ਉੱਥੇ ਨਾ ਹੀ ਕੋਈ ਹੋਰ ਗੱਲ ਹੋਈ ਨਾ ਹੀ ਜੋ ਮੇਰੇ ਉਲਟੋ ਬਰਤਾਂਦ ਰਚਰੇ ਸੀ ਇਹ ਜਿਹੜੇ ਵੀ ਚਗਲ ਪੱਤਰਕਾਰ ਨੇ ਚਗਲ ਐਂਕਰ ਨੇ ਜਿਨ੍ਹਾਂ ਨੇ 5 ਤਰੀਕ ਨੂੰ ਝੂਠੀਆਂ ਤੇ ਫੇਕ ਖਬਰਾਂ ਇਹ ਚਲਾਈਆਂ ਵੀ ਮੇਨਟੇਨੇਬਿਲਟੀ ਦੇ ਬੇਸਿਸ ਤੇ ਰੈਟਡਾ ਦਿੱਤੀ ਜੀ ਮਿੰਤਾ ਜੋ ਹਾਈ ਕੋਰਟ ਨੇ ਝਾੜ ਲਾ ਦਿੱਤੀ ਜੀ ਕੋਈ ਲਾਅ ਦੀ ਨੌਲੇਜ ਹੈ ਨਹੀਂਗੀ ਇਹ ਸਿਰਫ ਔਰ ਸਿਰਫ ਉਹਨੇ ਉਹ ਜਿਹੜੇ ਦਲਾਲ ਨੇ ਪੱਤਰਕਾਰ ਜਿਹੜੇ ਦੱਲੇ ਨੇ ਸੈਂਟਰ ਸਰਕਾਰਾਂ ਦੇ ਜਿਹੜੇ ਮੇਰੇ ਅਗੇਂਸ ਇਸ ਕਰਕੇ ਬਰਤਾਂਦ ਰਾਜ ਰਹੇ ਸੀ ਵੀ ਮੈਂ ਜੋ ਪੰਜਾਬ ਦੀ ਗੱਲ ਕੀਤੀ ਮੈਂ ਸਿੱਖ ਕੌਮ ਦੀ ਗੱਲ ਕੀਤੀ ਮੈਂ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਗੱਲ ਕੀਤੀ ਅਤੇ ਮੈਂ ਭਾਈ ਅਮਰਤਪਾਲ ਸਿੰਘ ਤੇ ਸਾਥੀ ਜਿਹੜੇ ਸਿੰਘਾਂ ਦੀ ਗੱਲ ਕੀਤੀ ਤਾਂ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਜਿਵੇਂ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਫਰਮਾਇਆ ਕੂੜ ਨਿਕਟੇ ਨਾਨਕਾ ਉੜਕ ਸੱਚ ਰਹੀ ਤਾਂ ਅੱਜ ਉਹੀ ਹੋ ਹੋਇਆ ਜਿਹੜਾ ਇਹਨਾਂ ਨੇ ਮੇਰੇ ਉਲਟ ਝੂਠ ਦਾ ਇਹਨਾਂ ਨੇ ਦੱਲਿਆ ਨੇ ਇਹਨਾਂ ਜਗਲ ਪੱਤਰਕਾਰਾਂ ਨੇ ਜਿਹੜਾ ਪ੍ਰਚਾਰ ਕੀਤਾ ਸੀ ਉਸ ਦਾ